ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਅੱਜ ਮਲੋਟ ਦੇ ਵਿੱਚ ਸਾਡੀ ਰੈਲੀ ਸੀ ਅਤੇ ਉਹਦੇ ਵਿੱਚ ਅਕਾਲੀ ਦਲ ਦੇ ਗੁੰਡਿਆਂ ਨੇ ਅੱਜ ਹੰਗਾਮਾ ਕੀਤਾ, ਹਮਲਾ ਕੀਤਾ ਮੇਰੇ 'ਤੇ। ਤਲਵਾਰਾਂ ਲੈ ਕੇ ਆਏ ਸੀ, ਸਾਡੇ ਇੱਕ ਵਲੰਟੀਅਰ ਦੇ ਸਿਰ ਦੇ ਵਿੱਚ ਤਲਵਾਰ ਵੱਜੀ ਹੈ, ਹੋਸਪਿਟਲ 'ਚ ਹੈ ਉਹ। ਕੁਰਸੀਆਂ ਸੁੱਟੀਆਂ ਗਈਆਂ ਸਟੇਜ ਵੱਲ ਨੂੰ, ਬਕਾਇਦਾ ਤੌਰ 'ਤੇ ਸੋਚ ਸਮਝ ਕੇ ਆਏ ਸੀ ਕਿ ਰੈਲੀ ਫਲੋਪ ਕਰਨੀ ਹੈ, ਇੱਥੇ ਰੌਲਾ ਪਾਉਣਾ ਹੈ ਤਾਂ ਕਿ ਲੋਕਾਂ 'ਚ ਭਗਦੜ ਮੱਚੇ। ਕੱਲ੍ਹ ਵੀ ਮੈਨੂੰ ਇਸ ਗੱਲ ਦੀ ਇਨਫੋਰਮੇਸ਼ਨ ਮਿਲ ਗਈ ਸੀ, ਕੱਲ੍ਹ ਦੀਆਂ ਰੈਲੀਆਂ ਜਿਹੜੀਆਂ 3 ਸਾਡੀਆਂ ਕੈਂਸਲ ਕਰਾਈਆਂ ਨੇ। ਮੈਨੂੰ ਇਹ ਸੁਜੈਸਟ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਕਿ ਤੁਸੀਂ ਇੱਥੇ ਨਾ ਆਇਓ, ਨਹੀਂ ਤਾਂ ਇੱਥੇ ਬਹੁਤ ਭਾਰੀ ਹੰਗਾਮਾ ਹੋ ਸਕਦਾ ਹੈ। ਸੋ ਵੀਰੋ, ਇਸ ਹੱਦ ਤੱਕ ਹੁਣ ਇਹ ਚਲੇ ਗਏ ਨੇ, ਫੈਸਲਾ ਹੁਣ ਤੁਸੀਂ ਕਰਨਾ ਹੈ, ਕਿਉਂਕਿ ਇਹਨਾਂ ਦੀ ਬੁਖਲਾਹਟ ਹੈ। ਅਸੀਂ ਡਰਦੇ ਨਹੀਂ, ਪਰ ਇਹਨਾਂ ਦੀ ਬੁਖਲਾਹਟ ਹੈ। ਮੈਂ ਨਹੀਂ ਚਾਹੁੰਦਾ ਕਿਸੇ ਜਾਨ ਦਾ ਨੁਕਸਾਨ ਹੋ ਜਾਵੇ ਸਾਡੇ ਕਰਕੇ। ਅਸੀਂ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਹਾਂ, ਅਸੀਂ ਪੰਜਾਬ ਨੂੰ ਗੁੰਡਾਗਰਦੀ 'ਚ ਜਾਂ ਜਾਨਾਂ ਨੂੰ ਖਤਰੇ 'ਚ ਪਾਉਣ ਦੀਆਂ ਗੱਲਾਂ ਨਹੀਂ ਕਰਦੇ ਵੀਰੋ। ਅੱਜ ਮਲੋਟ ਦੇ ਵਿੱਚ ਜੇ ਤੁਸੀਂ ਸ਼ਾਇਦ ਕੋਈ ਲਾਈਵ ਵੀ ਦੇਖ ਰਿਹਾ ਹੋਵੇ, ਉਸੇ ਰੈਲੀ ਦੌਰਾਨ ਹੰਗਾਮਾ ਹੋਇਆ ਸ਼ੁਰੂ ਔਰ ਬਕਾਇਦਾ ਤੌਰ 'ਤੇ ਤਲਵਾਰਾਂ ਕੱਢ ਕੇ ਉਹਨਾਂ ਨੇ ਹਮਲੇ ਕੀਤੇ। ਕੁਰਸੀਆਂ ਸਟੇਜ ਵੱਲੋਂ ਸੁੱਟੀਆਂ ਗਈਆਂ ਮੈਨੂੰ, ਸਾਡੇ ਵਲੰਟੀਅਰਾਂ ਨੇ ਮੈਨੂੰ ਅਤੇ ਪ੍ਰੋਫੈਸਰ ਸਾਧੂ ਸਿੰਘ ਜੀ, ਸਾਡੇ ਜਿਹੜੇ MP ਫਰੀਦਕੋਟ ਤੋਂ, ਉਹਨਾਂ ਨੂੰ ਕੱਢਿਆ। ਔਰ ਇਸ ਵਕਤ ਸਾਡੇ ਵਲੰਟੀਅਰ ਜਿਹੜੇ ਨੇ ਸੜਕ ਜਾਮ ਕਰਕੇ ਬੈਠੇ ਨੇ ਕਿ FIR ਦਰਜ ਕਰੋ ਇਹਨਾਂ 'ਤੇ, ਔਰ ਇਕੱਲੇ ਇਕੱਲੇ ਨੂੰ ਜਾਣਦੇ ਨੇ ਉਹ, ਹਰੇਕ ਦੀ ਵੀਡੀਓ ਵੀ ਹੈ। ਹੁਣ ਦੇਖਦੇ ਹਾਂ ਸੁਖਬੀਰ ਬਾਦਲ ਜੀ ਦੀ ਪੁਲਿਸ ਸੁਖਬੀਰ ਬਾਦਲ ਦੇ ਬੰਦਿਆਂ 'ਤੇ ਪਰਚਾ ਦਰਜ ਕਰੂਗੀ, ਦੇਖਦੇ ਹਾਂ। ਸੋ ਆਰ ਪਾਰ ਦੀ ਲੜਾਈ ਹੈ ਵੀਰੋ, ਹੁਣ ਇਸ ਹੱਦ ਤੱਕ ਆ ਗਏ। ਕੱਲ੍ਹ ਦੀਆਂ ਰੈਲੀਆਂ ਕੈਂਸਲ ਹੋਣ ਦੀ ਵੀ ਇਹੀ ਵਜ੍ਹਾ ਸੀ, ਕੱਲ੍ਹ ਥੋੜ੍ਹਾ ਜਿਹਾ ਪਹਿਲਾਂ ਇਨਫੋਰਮੇਸ਼ਨ ਸਾਨੂੰ ਮਿਲ ਗਈ ਸੀ। ਅਤੇ ਬਹੁਤ ਜ਼ਿਆਦਾ ਭਾਰੀ ਇਕੱਠ ਵੀ ਹੋਏ ਨੇ, ਮੁਕਤਸਰ ਦੇ ਵਿੱਚ ਬਹੁਤ ਇਕੱਠ ਸੀ, ਕੋਟਕਪੂਰੇ 'ਚ ਬਹੁਤ ਇਕੱਠ ਸੀ, ਸੰਗਤ ਮੰਡੀ ਬਹੁਤ ਇਕੱਠ ਸੀ, ਬਸ ਇਸੇ ਚੀਜ਼ ਤੋਂ ਘਬਰਾਏ ਹੋਏ ਨੇ। ਸੋ ਮੈਂ ਤੁਹਾਨੂੰ ਬੇਨਤੀ ਕਰਦਾ, ਪੰਜਾਬੀਓ, ਜਿੱਥੇ ਵੀ ਬੈਠੇ ਹੋ ਸਾਨੂੰ ਹੌਂਸਲਾ ਦਿਓ, ਸਾਡੇ ਨਾਲ ਖੜੋ। ਇਹ ਵੇਲਾ ਆ ਗਿਆ ਹੁਣ, ਕਿਉਂਕਿ ਇਹ ਸਾਰੇ ਇਕੱਠੇ ਹੋ ਗਏ, ਆਪ 'ਚ ਰਲ ਗਏ ਅਤੇ ਹੁਣ ਗੁੰਡਾਗਰਦੀਆਂ 'ਤੇ ਉਤਰੇ ਹੋਏ ਨੇ। ਮੈਂ ਹੱਥ ਬੰਨ ਕੇ ਤੁਹਾਨੂੰ ਬੇਨਤੀ ਕਰਦਾ, ਜਿਵੇਂ ਵੀ ਆਪਣਾ ਯੋਗਦਾਨ ਪਾ ਸਕਦੇ ਹੋ, ਹੁਣ ਇਸ ਗੁੰਡਾਗਰਦੀ ਦੇ ਵਿਰੁੱਧ, ਇਸ ਮਾਫੀਆ ਰਾਜ ਦੇ ਵਿਰੁੱਧ ਆਪਣਾ ਯੋਗਦਾਨ ਪਾਓ। ਅਤੇ ਪਾਰਟੀ ਅੱਜ ਸ਼ਾਮ ਨੂੰ ਫੈਸਲਾ ਕਰੂਗੀ ਕਿ ਇਹਦਾ ਕੀ ਹੋਣਾ ਚਾਹੀਦਾ ਅੱਗੇ, ਕਿਉਂਕਿ ਅਸੀਂ ਆਪਣੇ ਵਲੰਟੀਅਰਾਂ ਦੀ ਜਾਨ ਨੂੰ ਖਤਰੇ 'ਚ ਨਹੀਂ ਪਾ ਸਕਦੇ। ਅੱਜ ਉਸ ਮੁੰਡੇ ਦੇ ਸਿਰ 'ਚ ਤਲਵਾਰ ਵੱਜੀ ਹੈ, ਹੋਸਪਿਟਲ 'ਚ ਦਾਖਲ ਹੈ, ਉਹਨਾਂ ਦੇ ਨਾਲ ਖੜਨਾ ਪਊਗਾ ਹੁਣ, ਕਿਉਂਕਿ ਉਹ ਰੀੜ੍ਹ ਦੀ ਹੱਡੀ ਬਣ ਕੇ ਪਾਰਟੀ ਦੀ ਜਦੋਂ ਨਾਲ ਖੜੇ ਨੇ, ਤਾਂ ਆਪਾਂ ਨੂੰ ਵੀ ਸਾਡਾ ਵੀ ਫਰਜ਼ ਬਣਦਾ ਸਾਰਿਆਂ ਦਾ ਕਿ ਅਸੀਂ ਉਹਨਾਂ ਦਾ ਸਾਥ ਦੇਈਏ, ਹੌਂਸਲਾ ਦੇਈਏ। ਮੁੰਡਿਆਂ ਨੂੰ ਡਰਾਉਂਦੇ ਨੇ, ਧਮਕਾਉਂਦੇ ਨੇ, ਪਰਚੇ ਕਰੀ ਜਾਂਦੇ ਨੇ, ਮੇਰੇ 'ਤੇ ਵੀ ਅੱਜ ਪਤਾ ਨਹੀਂ ਕਿਹੜੀਆਂ ਕਿਹੜੀਆਂ ਧਾਰਾਂ ਲਾਤੀਆਂ,